ਸਤਿ ਸ਼੍ਰੀ ਅਕਾਲ ਜੀ, ਸਤਵਿੰਦਰ ਫਰੋਮ ਕੈਨਮ ਏਅਰਬੈਗ। ਅੱਜ ਆਪਾਂ ਗੱਲ ਕਰਦੇ ਹਾਂ ਸਰਵਿਸ ਤੇ ਸਪਲਾਈ ਲਾਈਨ ਦੀ। ਜਦੋਂ ਵੀ ਆਪਾਂ ਨੇ ਟਰੱਕ ਨੂੰ ਡਿਸਕਨੈਕਟ ਜਾਂ ਕਨੈਕਟ ਕਰਨਾ ਜਾਂ ਕਪਲ ਜਾਂ ਅਨਕਪਲ ਕਰਨਾ, ਆਪਾਂ ਨੂੰ ਜ਼ਰੂਰਤ ਹੁੰਦੀ ਹੈ ਇਹ ਮੇਕ ਸ਼ੋਰ ਕਰਨ ਦੀ ਕਿ ਸਾਡੀਆਂ ਜਿਹੜੀਆਂ ਏਅਰ ਲਾਈਨਾਂ ਨੇ ਉਹ ਪ੍ਰੋਪਰਲੀ ਕਨੈਕਟ ਹੋਈਆਂ, ਚੰਗੀ ਤਰ੍ਹਾਂ ਕਨੈਕਟ ਹੋਈਆਂ ਹੈਗੀਆਂ ਜਾਂ ਨਹੀਂ, ਕਿਉਂਕਿ ਟ੍ਰੇਲਰ ਦੀ ਮੂਵਮੈਂਟ, ਬ੍ਰੇਕਾਂ, ਸਾਰਾ ਕੁਛ ਇਹਨਾਂ ਲਾਈਨਾਂ ਦੇ ਉੱਤੇ ਹੀ ਆਧਾਰਿਤ ਹੈ। ਇਹ ਲਾਈਨਾਂ ਜਿੰਨੀਆਂ ਸੇਫਲੀ ਸਿਕਿਓਰਲੀ ਕਨੈਕਟ ਹੋਣਗੀਆਂ, ਉਨੀ ਆਪਣੀ ਏਅਰ ਸਪਲਾਈ ਵਧੀਆ ਰਹੂਗੀ ਟਰੈਕਟਰ ਤੇ ਟ੍ਰੇਲਰ ਦੀ। ਹੁਣ ਆਪਾਂ ਦੇਖਦੇ ਹਾਂ ਕਿ ਸਪਲਾਈ ਲਾਈਨ ਤੇ ਸਰਵਿਸ ਲਾਈਨ ਹੈ ਕੀ ਹੈ। ਸੋ ਦੋ ਲਾਈਨਾਂ ਨੇ, ਜਿਹੜੀ ਨੀਲੀ ਲਾਈਨ ਹੈ ਉਹਨੂੰ ਆਪਾਂ ਬਲੂ ਲਾਈਨ ਨੂੰ ਸਰਵਿਸ ਲਾਈਨ ਕਹਿੰਦੇ ਆ, ਤੇ ਦੂਜੇ ਪਾਸੇ ਜਿਹੜੀ ਰੈੱਡ ਲਾਈਨ ਹੈ ਉਹਨੂੰ ਆਪਾਂ ਸਪਲਾਈ ਲਾਈਨ ਵੀ ਕਹਿ ਦਿੰਦੇ ਹਾਂ, ਉਹਨੂੰ ਐਮਰਜੈਂਸੀ ਲਾਈਨ ਵੀ ਕਹਿ ਦਿੰਦੇ ਹਾਂ। ਐਮਰਜੈਂਸੀ ਜਾਂ ਸਪਲਾਈ ਲਾਈਨ ਦਾ ਕੰਮ ਹੈਗਾ, ਉਹਨੇ ਨੰਬਰ ਇੱਕ ਏਅਰ ਟੈਂਕ ਨੂੰ ਏਅਰ ਭੇਜਣੀ ਆ, ਨੰਬਰ ਦੋ ਏਅਰ ਬੈਗ ਨੂੰ ਏਅਰ ਭੇਜਣੀ ਆ, ਨੰਬਰ ਤਿੰਨ ਉਹਨੇ ਸਪਰਿੰਗ ਬ੍ਰੇਕ ਚੈਂਬਰ ਨੂੰ ਏਅਰ ਭੇਜਣੀ ਆ। ਸੋ ਇਹਨੇ ਸਪਲਾਈ ਤੇ ਮੇਨਟੇਨ ਕਰਨੀ ਹੈ ਏਅਰ, ਠੀਕ ਹੈ ਜੀ। ਉਸ ਤੋਂ ਬਾਅਦ ਆ ਜਾਂਦੀ ਹੈ ਆਪਣੀ ਸਰਵਿਸ ਲਾਈਨ। ਸਰਵਿਸ ਲਾਈਨ ਦਾ ਕੰਮ ਹੈਗਾ ਪਿੱਛੇ ਸਿਗਨਲ ਭੇਜਣਾ, ਸਿਗਨਲ ਭੇਜ ਕੇ ਰੀਲੇ ਵਾਲਵ ਨੂੰ ਦੱਸਦੀ ਆ ਕਿ ਸਾਨੂੰ ਹੁਣ ਸਰਵਿਸ ਏਅਰ ਦੀ ਲੋੜ ਹੈ। ਤੇ ਜੇ ਇਹ ਲਾਈਨ ਆਪਣੀ ਡਿਸਕਨੈਕਟ ਹੋ ਜਾਂਦੀ ਆ ਤਾਂ ਆਪਣੇ ਕੋਲੇ ਟਰੱਕ ਨੂੰ ਰੋਕਣ ਦਾ ਸਿਰਫ ਇੱਕੋ ਇੱਕ ਤਰੀਕਾ, ਜੋ ਕਿ ਐਮਰਜੈਂਸੀ ਬ੍ਰੇਕਿੰਗ ਹੁੰਦੀ ਹੈ, ਜਦੋਂ ਆਪਾਂ ਏਅਰ ਵਾਲਵ ਨੂੰ ਯੈਲੋ ਨੂੰ ਜਾਂ ਰੈੱਡ ਨੂੰ ਆਪਾਂ ਪੁੱਲ ਕਰਕੇ ਐਮਰਜੈਂਸੀ ਨਾਲ ਰੋਕ ਸਕਦੇ ਹਾਂ। ਜਦੋਂ ਵੀ ਆਪਾਂ ਨੇ ਕਨੈਕਟ ਕਰਨਾ ਟਰੈਕਟਰ ਤੇ ਟ੍ਰੇਲਰ, ਰੈੱਡ ਲਾਈਨ ਦੇ ਵਿੱਚ ਜੇ ਸੀਲ ਨਹੀਂ ਹੋਊਗੀ ਤਾਂ ਟ੍ਰੇਲਰ ਨਹੀਂ ਤੁਰੂਗਾ, ਜੇ ਨਹੀਂ ਤੁਰੂਗਾ ਤਾਂ ਸੇਫ ਹੈ। ਪਰ ਜੇ ਬਲੂ ਲਾਈਨ ਦੇ ਵਿੱਚ ਸੀਲ ਨਹੀਂ ਹੈਗੀ, ਜੋ ਕਿ ਆਪਾਂ ਜਿਹੜੇ ਨਵੇਂ ਡਰਾਈਵਰ ਹੈ, ਪਲੀਜ਼ ਤੁਹਾਡੇ ਵਾਸਤੇ ਸਪੈਸ਼ਲ ਇਨਫੋਰਮੇਸ਼ਨ ਹੈ, ਇਹਨੂੰ ਮੇਕ ਸ਼ੋਰ ਕਰਨਾ ਕਿ ਇਹਦੇ ਵਿੱਚ ਸੀਲ ਹੈਗੀ ਹੈ ਔਰ ਇਹ ਡੈਮੇਜ ਨਹੀਂ ਹੈਗੀ, ਕਿਉਂਕਿ ਇਹ ਸਿਗਨਲ ਲਾਈਨ ਹੈ। ਜਦੋਂ ਤੱਕ ਇਹ ਸਿਗਨਲ ਨਹੀਂ ਭੇਜੂਗੀ, ਆਪਣੀ ਬ੍ਰੇਕਾਂ ਐਕਟੀਵੇਟ ਨਹੀਂ ਹੋਣੀਆਂ, ਆਪਣੀ ਸਰਵਿਸ ਬ੍ਰੇਕਾਂ ਨਹੀਂ ਲੱਗਣੀਆਂ, ਤੇ ਸਪਰਿੰਗ ਬ੍ਰੇਕਾਂ ਆਲਰੇਡੀ ਇਹਨੇ ਰਿਲੀਜ਼ ਕਰ ਦੇਣੀਆਂ। ਹੋਪਫੁਲੀ ਤੁਸੀਂ ਏਅਰ ਬ੍ਰੇਕ ਕੋਰਸ ਦੇ ਵਿੱਚ ਸਾਰਾ ਕੁਝ ਕੀਤਾ ਹੋਊਗਾ। ਤੇ ਸਭ ਤੋਂ ਜ਼ਿਆਦਾ ਜ਼ਰੂਰੀ ਗੱਲ ਹੈਗੀ ਹੈ ਸਰਵਿਸ ਲਾਈਨ ਦੀ, ਇਹ ਸਿਗਨਲ ਲਾਈਨ ਹੈ। ਜੇ ਇਹ ਡੈਮੇਜਡ ਹੈ ਜਾਂ ਇਹ ਨਿਕਲੀ ਹੋਈ ਹੈ, ਤੁਸੀਂ ਹੌਲੀ ਜਿਹੀ ਟਰੱਕ ਤੋੜ ਕੇ ਦੇਖ ਲੈਣਾ, ਜੇ ਤੁਹਾਨੂੰ ਟ੍ਰੇਲਰ ਪਿੱਛੋਂ ਧੱਕਾ ਮਾਰ ਰਿਹਾ, ਪੁਸ਼ ਕਰ ਰਿਹਾ, ਦੈਟ ਮੀਨਸ ਤੁਹਾਡੀ ਸਰਵਿਸ ਲਾਈਨ ਜਿਹੜੀ ਹੈਗੀ ਆ ਉਹ ਕਨੈਕਟਡ ਨਹੀਂ ਹੈਗੀ ਜਾਂ ਉਹਦੀ ਸੀਲ ਕੰਮ ਨਹੀਂ ਕਰ ਰਹੀ। ਇਹਦੇ ਵਿੱਚੋਂ ਕਦੇ ਵੀ ਏਅਰ ਲੀਕ ਨਹੀਂ ਹੋਣੀ ਚਾਹੀਦੀ, ਨਹੀਂ ਤਾਂ ਤੁਹਾਡਾ ਟ੍ਰੇਲਰ ਰੁਕੂਗਾ ਨਹੀਂ, ਐਂਡ ਯੂ ਕੈਨ ਗੈਟ ਇਨ ਟੂ ਐਨੀ ਇੰਸੀਡੈਂਟ ਔਰ ਕੋਲੀਜਨ। ਜੈਕ ਨਾਈਫ ਵੀ ਹੋ ਸਕਦਾ, ਕਿਉਂਕਿ ਟਰੱਕ ਦੀ ਬ੍ਰੇਕਾਂ ਲੱਗੀਆਂ ਹੋਣਗੀਆਂ, ਟ੍ਰੇਲਰ ਦੀ ਬ੍ਰੇਕਾਂ ਨਹੀਂ ਲੱਗੀਆਂ ਹੋਣਗੀਆਂ। ਇਹ ਮੈਂ ਕਿਉਂ ਕਹਿ ਰਿਹਾ, ਕਿਉਂਕਿ ਅੱਜ ਦਾ ਮੌਸਮ ਜਿਹੜਾ ਹੈਗਾ ਉਹ ਸਲਿਪਰੀ ਹੈ, ਸਰਫੇਸ ਜਿਹੜਾ ਹੈਗਾ ਉਹਦਾ ਕੋਈ ਟਰੈਕਸ਼ਨ ਨਹੀਂ ਹੈਗੀ। ਟਰੱਕ ਟ੍ਰੇਲਰ ਦੇ ਵਿੱਚ ਜਦੋਂ ਕੰਬੀਨੇਸ਼ਨ ਹੁੰਦਾ ਟਰੈਕਟਰ ਤੇ ਟ੍ਰੇਲਰ ਦਾ, ਉਦੋਂ ਆਪਾਂ ਨੂੰ ਟਰੈਕਸ਼ਨ ਦੀ ਬਹੁਤ ਲੋੜ ਹੁੰਦੀ ਹੈ। ਤੇ ਅੱਜ ਵਰਗੇ ਦਿਹਾੜੇ ਵਾਸਤੇ, ਅੱਜ ਵਰਗੇ ਦਿਨ ਵਾਸਤੇ, ਪਲੀਜ਼ ਮੇਕ ਸ਼ੋਰ ਤੁਹਾਡੇ ਏਅਰਲਾਈਨ ਜਿਹੜੇ ਕਨੈਕਸ਼ਨ ਹੈਗੇ ਆ ਉਹ ਸੇਫ ਐਂਡ ਸਿਕਿਓਰ ਹੋਣੇ ਚਾਹੀਦੇ ਆ। ਥੈਂਕ ਯੂ ਵੈਰੀ ਮੱਚ, ਸਤਵਿੰਦਰ ਫਰੋਮ ਕੈਨਮ ਏਅਰਬ੍ਰੇਕ। ਥੈਂਕ ਯੂ।